हेलो डियर स्टूडेंट्स वेलकम इन टुडेस वीडियो लेसन ਆਪਾਂ ਕਰ ਰਹੇ ਹਾਂ ਲੈਸਨ ਨੰਬਰ 5 ਜੋ ਕਿ ਕਪੋਇਮਾ ਹਾਊ ਬਿਊਟੀਫੁਲ ਇਜ਼ ਦਾ ਰੇਨ ਕਿੰਨੀ ਸੋਹਣੀ ਹੈ ਵਰਖਾ ਜਿਹਦੀ ਟ੍ਰਾਂਸਲੇਸ਼ਨ ਵੀ ਪਾਈ ਹੋਈ ਹੈ ਮੈਂ ਤੁਹਾਨੂੰ ਉਹ ਵੀ ਜਰੂਰ ਦੇਖੋ ਵੀਡੀਓ ਬੇਟਾ ਉਸ ਤੋਂ ਇਲਾਵਾ ਮੈਂ ਇਹਨੂੰ ਪੰਜਾਬੀ ਦੇ ਵਿੱਚ ਵੀ ਟ੍ਰਾਂਸਲੇਟ ਕੀਤਾ ਕਵਿਤਾ ਦੇ ਰੂਪ ਵਿੱਚ ਸਿਰਫ ਸਮਝਾਇਆ ਨਹੀਂ ਜਿਵੇਂ ਕਰਤਾ ਇੰਗਲਿਸ਼ ਦੇ ਵਿੱਚ ਆ ਉਹਨੂੰ ਪੰਜਾਬੀ ਦੇ ਵਿੱਚ ਕਵਿਤਾ ਬਣਾ ਕੇ ਪੇਸ਼ ਕੀਤਾ ਹੈਗਾ ਉਹ ਵੀ ਅਪਲੋਡ ਕੀਤੀ ਹੋਈ ਹੈ ਵੀਡੀਓ ਉਹਦਾ ਵੀ ਆਨੰਦ ਜਰੂਰ ਮਾਣੋ ਤੁਸੀਂ ਠੀਕ ਹੈ ਸੋ ਅੱਜ ਦੀ ਵੀਡੀਓ ਚ ਖਾਸ ਆਪਾਂ ਕੀ ਕਰਨ ਜਾ ਰਹੇ ਹਾਂ ਤੁਹਾਡੀਆਂ ਐਕਟੀਵਿਟੀ ਨੰਬਰ 5 ਐਂਡ 6 ਇਸ ਪੋਇਮ ਦੀਆਂ ਜਿਹੜੀਆਂ ਕਿ ਰਿਲੇਟਡ ਨੇ ਪੰਕਚੁਏਸ਼ਨ ਨਾਲ ਠੀਕ ਹੈ ਸੋ ਆਪਾਂ ਅੱਜ ਕੀ ਕਰਨ ਜਾ ਰਹੇ ਹਾਂ ਪੰਕਚੁਏਸ਼ਨਸ ਜਿਹਦੇ ਚ ਕਮਾ ਕੁਐਸਚਨ ਮਾਰਕ ਵਿਸਮਿਕ ਚਿੰਨ ਜਿਹਨੂੰ ਤੁਸੀਂ ਕਹਿੰਦੇ ਹੋ ਸੈਮੀ ਕੋਲਨ ਵਗੈਰਾ ਪੰਜਾਬੀ ਜਿਹਨੂੰ ਅਸੀਂ ਕਹਿੰਦੇ ਹਾਂ ਵਿਰਾਮ ਚਿੰਨ ਠੀਕ ਹੈ ਪੜ੍ਹਦੇ ਹਾਂ ਇੰਗਲਿਸ਼ ਚ ਉਹਨੂੰ ਕਹਿੰਦੇ ਆ ਪੰਕਚੁਏਸ਼ਨ ਤੋ ਅੱਜ ਦਾ ਸਾਡਾ ਟਾਪਿਕ ਆ ਪੰਕਚੁਏਸ਼ਨ ਇਸ ਤੋਂ ਪਹਿਲਾਂ ਮੈਂ ਵੀਡੀਓ ਸਟਾਰਟ ਕਰਾਂ ਇੱਕ ਗੱਲ ਸਮਝਾ ਦਿਆਂ ਬੱਚੇ ਕਈ ਵਾਰ ਸ਼ਿਕਾਇਤ ਕਰਦੇ ਆ ਜਾਂ ਕਹਿੰਦੇ ਆ ਵੀ ਕਲੀਨ ਦਿਖਦਾ ਨਹੀਂ ਹਨਾ ਜਿਹੜੇ ਸ਼ਬਦ ਨਹੀਂ ਜਾਂ ਜਿਹੜੀ ਟੈਕਸ ਤੁਹਾਨੂੰ ਦਿਖਾਈ ਜਾ ਰਹੀ ਹੈ ਸਕਰੀਨ ਤੇ ਉਹ ਥੋੜੀ ਧੁੰਦਲੀ ਆ ਉਹਦਾ ਰੀਜ਼ਨ ਇਹ ਨਹੀਂ ਕਿ ਵੀਡੀਓ ਦੀ ਵਿੱਚ ਕੋਈ ਖਰਾਬੀ ਆ ਬੇਟਾ ਉਹ YouTube ਤੇ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਹੋਣ ਕਰਕੇ ਕੁਆਲਿਟੀ ਡਾਊਨ ਕੀਤੀ ਹੋਈ ਆ ਉਹਨਾਂ ਨੇ ਹੁਣ ਤੁਸੀਂ ਉਸ ਕੁਆਲਿਟੀ ਨੂੰ ਵਧਾ ਕਿਦਾਂ ਸਕਦੇ ਹੋ ਉਹਦੇ ਲਈ ਇੱਕ ਟ੍ਰਿਕ ਆ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਬੇਟਾ ਉੱਪਰ ਤਿੰਨ ਬਿੰਦੂ ਲੱਗੇ ਹੋਏ ਨੇ ਉਹ ਬਿੰਦੂਆਂ ਤੇ ਜੇ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਆਪਸ਼ਨਸ ਆ ਜਾਣਗੇ ਉਹਦੇ ਵਿੱਚ ਇੱਕ ਕੁਆਲਿਟੀ ਵਾਲਾ ਆਪਸ਼ਨ ਹੋਊਗਾ ਤੁਸੀਂ ਕੁਆਲਿਟੀ ਵਾਲੇ ਆਪਸ਼ਨ ਨੂੰ ਕਲਿੱਕ ਕਰੋ ਜਦੋਂ ਉਹ ਖੁੱਲ ਜੂਗਾ ਉੱਥੇ ਦੇਖੋ ਤੁਹਾਡੀ ਕੁਆਲਿਟੀ ਕਿੰਨੇ ਤੇ ਫਿਕਸ ਹੋਈ ਵੀ ਆ 144 ਤੇ ਕਈ ਵਾਰ ਹੁੰਦੀ ਆ ਹਨਾ 144 ਤੇ ਤਾਂ ਉਹਨੂੰ ਵਧਾ ਲਓ 320 ਕਰ ਲਓ 720 ਕਰ ਲਓ 360 ਆਵੇਂ ਵੀ ਕਈ 320 720 ਐਦਾਂ ਹਨਾ ਸੋ ਉਹਨੂੰ ਜਿਉਂ ਹੀ ਤੁਸੀਂ ਵਧਾਉਂਗੇ ਥੋੜੇ ਜਿਹੇ ਟੈਕਸਾ ਨਾਲ ਦੀ ਨਾਲ ਕਲੀਅਰ ਹੋ ਜੂਗੀ ਠੀਕ ਹੈ ਅਗਰ ਇਹ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਕਰਨਾ ਪਊ ਤੁਹਾਡੇ ਫੋਨ ਚ ਸੈਟਿੰਗ ਹੋਣੀ ਹੈ ਇਹ ਕਈ ਵਾਰ ਹਰ ਇੱਕ ਵੀਡੀਓ ਚ ਵੀ ਕਰਨੀ ਪੈ ਸਕਦੀ ਹੈ ਸੈਕੰਡ ਗੱਲ ਜਦੋਂ ਤੁਸੀਂ ਕੋਈ ਐਜੂਕੇਸ਼ਨਲ ਵੀਡੀਓ ਦੇਖ ਰਹੇ ਹੋ ਹਨਾ ਤਾਂ ਫੁੱਲ ਸਕਰੀਨ ਤੇ ਦੇਖੋ ਬੇਟਾ ਠੀਕ ਹੈ ਫੋਨ ਨੂੰ ਟੈਡਾ ਕਰ ਲਓ ਫੁੱਲ ਸਕਰੀਨ ਤੇ ਸੋ ਆਜੋ ਆਪਾਂ ਹੁਣ ਕਰਦੇ ਆ ਆਪਣਾ ਅੱਜ ਦਾ ਟਾਪਿਕ ਸ਼ੁਰੂ ਲਰਨਿੰਗ ਲੈਂਗੁਏਜ ਪੰਕਚੁਏਸ਼ਨ ਠੀਕ ਹੈ ਪੰਕਚੁਏਸ਼ਨ ਕੀ ਹੈ ਪੰਕਚੁਏਸ਼ਨ ਮੀਨਸ ਪੁੱਟਿੰਗ ਫੁੱਲ ਸਟਾਪ ਕਮਾ ਕੁਐਸਚਨ ਮਾਰਕਸ ਐਕਸਟਰਾ ਪੰਕਚੁਏਸ਼ਨ ਦਾ ਮਤਲਬ ਆ ਅਸੀਂ ਕਿਸ ਟੈਕਸ ਦੇ ਵਿੱਚ ਕਿੱਥੇ ਕਮਾ ਲਗਾਉਣਾ ਕਿੱਥੇ ਫੁੱਲ ਸਟਾਪ ਲਗਾਉਣਾ ਕਿੱਥੇ ਕੁਐਸਚਨ ਮਾਰਕ ਲਗਾਉਣਾ ਠੀਕ ਹੈ ਇਹਦੇ ਬਾਰੇ ਜਾਣਕਾਰੀ ਦੇਣਾ ਐਟ ਦਾ ਰਾਈਟ ਪਲੇਸ ਇਨ ਦਾ ਪੀਸ ਆਫ ਰਾਈਟਿੰਗ ਸਹੀ ਜਗ੍ਹਾ ਤੇ ਲਗਾਉਣਾ ਸਹੀ ਜਗ੍ਹਾ ਤੇ ਕਿਉਂ ਲਗਾਉਣਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਅਗਰ ਉਹਨੂੰ ਉਲਟ ਜਗ੍ਹਾ ਤੇ ਲਗਾ ਦਿੰਨੇ ਆ ਜਿੱਥੇ ਉਹਦੀ ਜ਼ਰੂਰਤ ਨਹੀਂ ਤਾਂ ਉਹਦੇ ਸੈਂਟੈਂਸ ਦਾ ਮੀਨਿੰਗ ਹੀ ਚੇਂਜ ਹੋ ਜਾਂਦਾ ਇੱਥੇ ਮੈਂ ਤੁਹਾਨੂੰ ਇੱਕ ਪੰਜਾਬੀ ਦਾ ਸੈਂਟੈਂਸ ਦੇ ਕੇ ਸਮਝਾਉਣੀ ਆ ਤੁਹਾਨੂੰ ਤਾਂ इजीली ਸਮਝ ਆ ਜਾਊਗਾ ਹੈਨਾ ਬੇਟਾ ਜਿੱਦਾਂ ਸੈਂਟੈਂਸ ਆ ਰੋਕੋ ਮਤ ਉਹਦੇ ਬਾਅਦ ਤੁਸੀਂ ਕੌਮਾ ਲਾਤਾ ਰੋਕੋ ਮਤ ਵੀ ਰੋਕੋ ਨਾ ਜਾਣ ਦਿਓ ਵਿੱਚ ਲਿਆ ਜਾਣ ਦੇ ਹੁਣ ਇਸ ਸੈਂਟੈਂਸ ਚ ਰੋਕੋ ਮਤ ਤੋਂ ਬਾਅਦ ਕਾਮਾ ਲਾਇਆ ਤੇ ਮੀਨਸ ਇਹਦਾ ਮਤਲਬ ਆ ਰੋਕ ਨਾ ਜਾਣ ਦੇ ਇਸੇ ਕਾਮੇ ਨੂੰ ਅਸੀਂ ਅਗਰ ਰੋਕੋ ਤੋਂ ਬਾਅਦ ਰੋਕੋ ਕਾਮਾ ਲਗਾ ਤਾਂ ਕਾਮੇ ਦਾ ਮਤਲਬ ਹੁੰਦਾ ਥੋੜੀ ਦੇਰ ਪਾਜ਼ ਦੇਣਾ ਉਸ ਜੀ ਨੂੰ ਤੇ ਥੋੜਾ ਰੁਕਣਾ ਹੈ ਨਾ ਰੋਕੋ ਮਤ ਜਾਣੇ ਦਿਓ ਜਾਣ ਦਿਓ ਜਾਂ ਮਤ ਜਾਣ ਦਿਓ ਹੈ ਨਾ ਸੋ ਫਿਰ ਉੱਥੇ ਕੀ ਹੋ ਗਿਆ ਰੋਕ ਲਓ ਵੀ ਜਾਣ ਨਹੀਂ ਦੇਣਾ ਦੇਖੋ ਦੋਨਾਂ ਦਾ ਫਰਕ ਮੈਂ ਮੀਨਿੰਗ ਪਤਲਾ ਕੇ ਇੱਕ ਪਹਿਲੇ ਸਿਰ ਇੱਕ ਕਾਮੇ ਨਾਲ ਮੀਨਿੰਗ ਚੇਂਜ ਹੋ ਗਿਆ ਹੈ ਨਾ ਬੇਟਾ ਵੀ ਪਹਿਲੇ ਚੋ ਕਹਿੰਦੇ ਵੀ ਜਾਣ ਜਾਣ ਦਿਓ ਰੋਕੋ ਨਾ ਦੂਜੇ ਚੀਜ਼ ਕਹਿੰਦਾ ਰੋਕ ਲੋ ਜਾਣ ਨਹੀਂ ਦੇਣਾ ਹਨਾ ਦੋਨਾਂ ਦਾ ਮੀਨਿੰਗ ਚੇਂਜ ਹੋ ਗਿਆ ਇਸ ਲਈ ਰਾਈਟ ਪਲੇਸ ਤੇ ਜਿਹੜਾ ਪੰਕਚੁਏਸ਼ਨ ਮਾਰਕ ਲਗਾਉਣਾ ਬਹੁਤ ਜ਼ਰੂਰੀ ਹੈ ਅੱਗੇ ਹੁਣ ਦੇਖੋ ਕੀ ਹੈ ਪੰਕਚੁਏਸ਼ਨ ਹਲਪਸ ਟੂ ਸੈਪਰੇਟ ਵਨ ਸੈਂਟੈਂਸ ਫਰੋਮ ਅਨਦਰ ਸੈਂਟੈਂਸ অর ਵਨ ਪਾਰਟ ਆਫ ਸੈਂਟੈਂਸ ਫਰੋਮ ਅਨਦਰ ਜਿਹੜਾ ਪੰਕਚੁਏਸ਼ਨ ਮਾਰਕਸ ਨੇ ਉਹ ਸਾਨੂੰ ਸੈਂਟੈਂਸਾਂ ਨੂੰ ਅਲੱਗ-ਅਲੱਗ ਕਰਨ ਦੇ ਵਿੱਚ ਹੈਲਪ ਕਰਦੇ ਨੇ ਸੈਂਟੈਂਸ ਦੇ ਵੱਖ-ਵੱਖ ਹਿੱਸਿਆਂ ਨੂੰ ਅਲੱਗ ਕਰਨ ਦੇ ਵਿੱਚ ਹੈਲਪ ਕਰਦੇ ਨੇ ਦਾ ਇੰਪੋਰਟੈਂਟ ਮਾਰਕਸ ਕਿਹੜੇ-ਕਿਹੜੇ ਨੇ ਦੇਖੋ ਜਿਹੜੇ ਆਪਾਂ ਪੜਦੇ ਆਂ ਫੁੱਲ ਸਟਾਪ ਆ ਕਾਮਾ ਕੁਐਸਚਨ ਮਾਰਕ ਆ ਐਕਸਲਮੇਸ਼ਨ ਮਾਰਕ ਆ ਇਸ ਤੋਂ ਇਲਾਵਾ ਵੀ ਨਹੀਂ ਹੋਰ ਕੁਝ ਹਨਾ ਕੋਲਨਸ ਨੇ ਕੋਟੇਸ਼ਨ ਮਾਰਕਸ ਨੇ ਜਿਹਨੂੰ ਇਨਵਰਟਡ ਕਾਮਾਸ ਕਹਿੰਦੇ ਨੇ ਅਸੀਂ ਡੈਸ਼ ਲਗਾਉਣੇ ਆ ਰਾਊਂਡ ਬ੍ਰੈਕਟ ਲਗਾਉਣੇ ਆ ਹਨਾ ਸੋ ਬਹੁਤ ਸਾਰੇ ਨਹੀਂ ਥੋੜੇ ਨਹੀਂ ਕਾਫੀ ਜ਼ਿਆਦਾ ਨਹੀਂ ਬਟ ਅਸੀਂ ਕੀ ਪੜਨਾ ਇਸ ਲੈਸਨ ਦੇ ਵਿੱਚ ਹੁਣ ਉੱਤੇ ਹਾਂ ਇਨਸ ਲੈਸਨ ਵੀ ਵਿਲ ਕਨਸੈਂਟਰੇਟ ਔਨ ਕੈਪੀਟਲ ਲੈਟਰਸ ਓਨਲੀ ਅਸੀਂ ਇਸ ਲੈਸਨ ਦੇ ਵਿੱਚ ਜਿਹੜਾ ਹੁਣ ਅਸੀਂ ਅੱਜ ਕਰ ਰਹੇ ਹਾਂ ਉਹਦੇ ਵਿੱਚ ਸਿਰਫ ਔਰ ਸਿਰਫ ਕੈਪੀਟਲ ਲੈਟਰ ਨੂੰ ਹੀ ਫੋਕਸ ਕਰਨਾ ਹੈਗਾ ਅਸੀਂ ਕੈਪੀਟਲ ਲੈਟਰ ਹੀ ਸਿੱਖਣੇ ਨੇ ਕਿਥੇ ਸਾਨੂੰ ਲੈਟਰ ਕੈਪੀਟਲ ਕਰਨ ਦੀ ਜ਼ਰੂਰਤ ਆ ਓਕੇ ਅੱਗੇ ਕੀ ਕਹਿ ਰਹੇ ਨੇ ਸਮ ਪੀਪਲ ਯੂਜ਼ ਕੈਪੀਟਲ ਲੈਟਰ ਵੇਅਰ ਏਵਰ ਦੇ ਫੀਲ ਲਾਈਕ ਇਟ ਇਜ਼ ਨਾਟ ਰਾਈਟ ਟੂ ਯੂਜ਼ ਕੈਪੀਟਲ ਵੇਅਰ ਏਵਰ ਵੀ ਲਾਈਕ ਥੇਅਰ ਆ ਸਮ ਰੂਲਸ ਟੂ ਯੂਜ਼ ਕੈਪੀਟਲ ਲੈਟਰਸ ਕੀ ਮਤਲਬ ਹੈ ਕਨੇ ਕੋਜ ਲੋਕਾਂ ਦਾ ਜਿੱਥੇ ਜੀ ਕਰਦਾ ਕੈਪੀਟਲ ਲੈਟਰ ਪਾਉਂਦੇ ਨੇ ਜਿੱਦਾਂ ਬੱਚੇ ਕਰਦੇ ਨੇ ਸਟਾਰਟਿੰਗ ਵਾਲਾ ਅੱਖਰ ਛੋਟਾ ਪਾਤਾ ਵਿਚਕਾਰ ਜਿੱਥੇ ਮਰਜੀ ਜ਼ਰੂਰਤ ਬਣੀ ਹੈ ਨਾ ਪੈਨ ਹੀ ਲਿਖ ਰਹੇ ਨੇ ਚਾਹੇ ਤੱਪੀ ਵੱਡੀ ਪਾਤੀ ਹੈ ਨਾ ਉਹ ਗੜਬੜ ਹੋ ਜਾਂਦਾ ਸੋ ਇਦਾਂ ਨਹੀਂ ਕਰਨਾ ਇਹਦੇ ਕੁਝ ਰੂਲਸ ਨੇ ਬੇਟਾ ਉਹ ਸੀ ਰੂਲਸ ਦੇਖਦੇ ਹੁਣ देयर आर ਡਿਫਰੈਂਟ ਯੂਜ਼ ਆਫ ਕੈਪੀਟल्स ਵੀ ਯੂਜ਼ ਕੈਪੀਟਲ ਵਿਦ ਬਖ ਬਖ ਇਹਨਾਂ ਦੇ ਵਰਤੋਂ ਨੇ ਕਿਹੜੀ ਆ ਨੰਬਰ 1 ਦ ਫਰਸਟ ਵਰਡ ਇਨ ਦ ਸੈਂਟੈਂਸ ਜਦੋਂ ਵੀ ਅਸੀਂ ਕੋਈ ਸੈਂਟੈਂਸ ਲਿਖਦੇ ਹਾਂ ਫੁੱਲ ਸਟਾਪ ਤੋਂ ਬਾਅਦ ਨਵਾਂ ਸੈਂਟੈਂਸ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਅੱਖਰ ਕੈਪੀਟਲ ਪਾਉਣਾ ਮੀਨਸ ਵੱਡਾ ਠੀਕ ਹੈ ਹੁਣ ਦੇਖੋ ਇਹਦੀ ਐਗਜ਼ਾਮਪਲ ਸ਼ੀ ਵਾਸ ਲੇਟ ਫਾਰ ਦਾ ਫਿਲਮ ਫੁੱਲ ਸਟਾਪ ਲੱਗ ਗਿਆ ਸ਼ੀ ਪਹਿਲਾ ਅੱਖਰ ਆ ਤੋ ਐਸ ਉਹ ਦੀ ਵੱਡੀ ਪਾਉਣੀ ਆ ਬੇਟਾ ਕੈਪੀਟਲ ਸੈਕੰਡ ਹੀ ਕਮਸ ਬੈਕ ਸੂਨ ਹੀ ਰੀ ਐਚ ਵੱਡੀ ਪਾਉਣੀ ਆ ਹੋਰ ਕੋਈ ਲੈਟਰ ਨਹੀਂ ਦੇਖੋ ਵੱਡਾ ਪਾਇਆ ਹੋਇਆ ਪਹਿਲਾ ਰੂਲ ਸਮਝ ਆ ਗਿਆ ਸੈਕੰਡ ਦਾ ਵਰਡ ਆਈ ਐਂਡ ਪਿਊਪਲਸ ਨੇਮ ਜਿੱਥੇ ਕਿਤੇ ਆਈ ਕੱਲੀ ਆਉਂਦੀ ਹੈ ਉਹ ਵੀ ਤੁਸੀਂ ਕੈਪੀਟਲ ਲਿਖਣੀ ਹੈ ਜਿੱਥੇ ਕਿਸੇ ਵਿਅਕਤੀ ਦਾ ਨਾਮ ਆਉਂਦਾ ਹੈਗਾ ਉਹਦਾ ਵੀ ਪਹਿਲਾ ਲੈਟਰ ਆ ਜਿਹੜਾ ਤੁਸੀਂ ਪੁੱਤ ਕੈਪੀਟਲ ਲਿਖਣਾ ਹੈ ਐਗਜ਼ਾਮਪਲ ਦੇਖੋ ਰਾਧਿਕਾ ਲਾਈਕਸ ਟੂ ਡਰਾਈਵ ਸਲੋ ਬਟ ਆਈ ਲਾਈਕ ਟੂ ਡਰਾਈਵ ਫਾਸਟ ਹੁਣ ਇਹਦੇ ਵਿੱਚ ਰਾਧਿਕਾ ਦੀ ਆਰ ਕੈਪੀਟਲ ਆਈ ਕੈਪੀਟਲ ਠੀਕ ਹੈ ਇਹ ਵਾਲੀ ਸੋ ਆਈ ਹੋਪ ਕਿ ਹੁਣ ਤੁਹਾਨੂੰ ਸਮਝ ਲੱਗ ਗਿਆ ਸ਼ੀਨਾ ਲਾਈਕਸ ਐਪਲ ਸ਼ੀਨਾ ਦੀ ਐਸ ਵੱਡੀ ਕਿਉਂਕਿ ਕਿਸੇ ਦਾ ਨਾਮ ਆ ਬੇਟਾ ਥਰਡ ਰੂਲ ਕੀ ਆ ਦਾ ਨੇਮਸ ਆਫ ਪਲੇਸਸ ਇੰਸਟੀਟਿਊਸ਼ਨਸ ਐਂਡ ਲੈਂਗੁਏਜ ਪਲੇਸ ਹੁੰਦੀ ਆ ਥਾਂ ਜਦੋਂ ਕਿਸੇ ਥਾਂ ਦਾ ਨਾਮ ਕਰਦਾ ਅਸੀਂ ਤਾਂ ਉਹਦਾ ਪਹਿਲਾ ਲੈਟਰ ਵੱਡਾ ਪਾਉਣਾ ਠੀਕ ਆ ਜਦੋਂ ਕਿਸੇ ਇੰਸਟੀਟਿਊਸ਼ਨ ਦਾ ਨਾਮ ਜਿਵੇਂ ਕੋਈ ਵਿਦਿਆਲਿਆ ਜਿੱਥੇ ਸਟੱਡੀ ਹੁੰਦੀ ਹੈ ਕੋਈ ਵੀ ਹੈਨਾ ਉਹਦਾ ਵੀ ਨਾਮ ਵੱਡਾ ਉਹਦਾ ਵੀ ਲੈਟਰ ਕੈਪੀਟਲ ਪਾਉਣਾ ਪਹਿਲਾਂ ਲੈਂਗੁਏਜ ਜਿੱਥੇ ਕਿਸੇ ਭਾਸ਼ਾ ਦੀ ਗੱਲ ਹੋ ਰਹੀ ਹੈ ਜਿਵੇਂ ਪੰਜਾਬੀ ਹਿੰਦੀ ਬੰਗਾਲੀ ਕਿੰਨੀ ਸਾਰੀ ਭਾਸ਼ਾ ਮੰਨੇ ਜਿੱਥੇ ਵੀ ਆ ਲਿਖਾਂਗੇ ਪਹਿਲਾ ਲੈਟਰ ਕੈਪੀਟਲ ਪਾਵਾਂਗੇ ਰਾਈਟ ਹੁਣ ਦੇਖ ਲਓ ਇਹਦੀ ਐਗਜ਼ਾਮਪਲ ਬੇਟਾ ਆਈ ਸਟੱਡਿਡ ਇਨ ਕੇਂਦਰੀਏ ਵਿਦਿਆਲਿਆ ਅਮਰਤਸਰ ਆਈ ਵੱਡੀ ਪਾਉਣੀ ਆਪਾਂ ਪਿਛਲੇ ਰੂਲ ਚ ਪੜਿਆ ਕੇਂਦਰੀਏ ਵਿਦਿਆਲਿਆ ਸੰਸਥਾ ਦਾ ਨਾਮ ਆ ਨਾ ਕੀ ਵੱਡੀ ਪਾਈ ਉਧਰੋਂ ਬੀ ਵੱਡੀ ਪਾਈ ਅਮਰਤਸਰ ਜਗ੍ਹਾ ਦਾ ਨਾਮ ਐਸ ਲਈ ਏ ਵੱਡੀ ਪਾਈ ਸੈਕੰਡ ਐਗਜ਼ਾਮਪਲ ਕੀ ਹੈ ਮੋਸਟ ਪੀਪਲ ਇਨ ਦ ਵਰਲਡ ਸਪੀਕ ਸਪੈਨਿਸ਼ ਲੈਂਗੁਏਜ ਮੋਸਟ ਦੀ ਅਮ ਕਿਉਂ ਵੱਡੀ ਪਾਈਆ ਸਟਾਰਟ ਹੋ ਰਿਹਾ ਸੈਂਟੈਂਸ ਠੀਕ ਹੈ ਉਦੋਂ ਬਾਅਦ ਸਪੈਨਿਸ਼ ਲੈਂਗੁਏਜ ਆ ਗਈ ਬੇਟਾ ਇਹ ਭਾਸ਼ਾ ਆ ਗਈ ਹੈ ਇਸ ਲਈ ਸਪੈਨਿਸ਼ ਦੀ ਪੀ ਵੱਡੀ ਕਰਤੀ ਓਕੇ ਹੋ ਗਿਆ ਚਲੋ ਜੀ ਫੋਰਥ ਰੂਲ ਪ੍ਰੋਡਕਟ ਨੇਮ ਜਦੋਂ ਕਿਸੇ ਵਸਤੂ ਦਾ ਨਾਮ ਆਉਂਦਾ ਕਿਸੇ ਪ੍ਰੋਡਕਟ ਦਾ ਨਾਮ ਆਉਂਦਾ ਜਿੱਦਾਂ ਆਈ ਯੂਜ਼ ਲਕਸ ਸੋਪ ਲਕਸ ਇੱਕ ਪ੍ਰੋਡਕਟ ਦਾ ਨਾਮ ਆ ਐਲ ਵੱਡੀ ਕਰਤੀ ਦੇਖੋ ਮਾਈ ਸੈਮਸੰਗ ਫੋਨ ਵਾਸ ਥੋਲਨ ਹੁਣ ਫੋਨ ਵੀ ਇੱਕ ਹੀ ਆ ਪ੍ਰੋਡਕਟ ਆ ਸੈਮਸੰਗ ਉਹ ਕੰਪਨੀ ਦਾ ਨਾਮ ਆ ਲਕਸ਼ਵੀ ਕੰਪਨੀ ਦਾ ਨਾਮ ਆ ਇਸ ਲਈ ਲਕਸ਼ ਦੀ ਐਲ ਵੱਡੀ ਕਰੀ ਸੈਮਸੰਗ ਦੀ ਐਸ ਵੱਡੀ ਕਰੀ ਪੰਜ ਮਾਰਕਸ ਕੈਲੰਡਰ ਆਈਟਮਸ ਜਿਹੜੀਆਂ ਕੈਲੰਡਰ ਤੇ ਆਈਟਮਾਂ ਹੁੰਦੀਆਂ ਨੇ ਕੈਲੰਡਰ ਤੇ ਕਿਹੜੀਆਂ ਆਈਟਮਾਂ ਕੀ ਕੀ ਹੁੰਦਾ ਤਰੀਕਾ ਹੁੰਦੀਆਂ ਨੇ ਹਨਾ ਦਿਨ ਹੁੰਦੇ ਨੇ ਮਹੀਨਿਆਂ ਦੇ ਨਾਮ ਹੁੰਦੇ ਨੇ ਜਾਂ ਫਿਰ ਜਿਹੜੇ ਕੋਈ ਫੈਸਟੀਵਲ ਵਗੈਰਾ ਹੁੰਦੇ ਨੇ ਉਹਨਾਂ ਦੇ ਨਾਮ ਹੁੰਦੇ ਨੇ ਸੋ ਫਿਰ ਜਿੱਥੇ ਵੀ ਆਉਣਗੇ ਉੱਥੇ ਵੀ ਆਪਾਂ ਪਹਿਲਾਂ ਲੈਟਰ ਵੱਡਾ ਪਾਵਾਂਗੇ ਐਗਜ਼ਾਮਪਲ ਦੇਖੋ ਆਈ ਸੈਂਟ ਮਾਈ ਫਰੈਂਡ ਆ ਦਿਵਾਲੀ ਕਾਰਡ ਵਾਈਲ ਸੀ ਸੈਂਟ ਮੀ ਆ ਕ੍ਰਿਸਮਸ ਕਾਰਡ ਲਓ ਜੀ ਪੰਨਾ ਲਾ ਲਾ ਦੇਖੋ ਫਸਟ ਆਈ ਵੱਡੀ ਹੋ ਗਈ ਦਿਵਾਲੀ ਫੈਸਟੀਵਲ ਆ ਡੀ ਵੱਡੀ ਕਰਤੀ ਕ੍ਰਿਸਮਸ ਫੈਸਟੀਵਲ ਆ ਸੀ ਵੱਡੀ ਕਰਤੀ ਕਲੀਅਰ ਹੋ ਗਿਆ ਸੈਕੰਡ ਸੰਜੇ ਡਸ ਨੋਟ ਲਾਈਕ ਗੋਇੰਗ ਟੂ ਦਾ ਆਫਿਸ ਔਨ ਮੰਡੇ ਸੰਜੇ ਕਿਸੇ ਦਾ ਨਾਮ ਆਸੀਂ ਪੜਿਆ ਸੀ ਨਾਮ ਦੀ ਵਿਅਕਤੀ ਦਾ ਜਿਹੜਾ ਲਿਖਣਾ ਤੇ ਕੈਪੀਟਲ ਪਾਉਣਾ ਲੈਟਰ ਪਤਾ ਮੰਡੇ ਦਿਨ ਦਾ ਨਾਮਾ ਕਲੰਡਰ ਤੇ ਦਿਨਾਂ ਦੇ ਨਾਮ ਹੁੰਦੇ ਨੇ ਨਾ ਸੋ ਮੰਡੇ ਤੁਸ ਜੇ ਵੀ ਦਿਨ ਦਾ ਨਾਮ ਆਉਂਦਾ ਤੁਸੀਂ ਜਿਹੜਾ ਪਹਿਲਾ ਲੈਟਰ ਆ ਕੈਪੀਟਲ ਪਾਉਣਾ ਬੇਟਾ ਥਰਡ ਐਗਜ਼ਾਮਪਲ ਮਾਈ ਬਰਥਡੇ ਫਾਲਸ ਇਨ ਮਾਰਚ ਮਾਈ ਦਾ ਮਾਈ ਦੀ ਐਮ ਕਿਉਂ ਵੱਡੀ ਕੀਤੀ ਹੈ ਕਿਉਂਕਿ ਸਟਾਰਟ ਹੋ ਰਿਹਾ ਸੈਂਟੈਂਸ ਮਾਰਚ ਮਹੀਨਾ ਮਹੀਨੇ ਦਾ ਨਾਮ ਐਸਲੀ ਐਮ ਵੱਡੀ ਕਰਦੀ ਠੀਕ ਆ ਹੋ ਗਿਆ ਹਾਓਵਰ ਦਾ ਨੇਮਸ ਆਫ ਸੀਜ਼ਨਸ ਆਰ ਨਾਟ ਰਿਟਨ ਇਨ ਕੈਪੀਟਲ ਇੱਕ ਚੀਜ਼ ਇੱਥੇ ਇਹ ਦੱਸੀ ਆ ਕਿ ਕਹਿੰਦੇ ਜਦੋਂ ਸੀਜ਼ਨ ਦੇ ਨਾਮ ਲਿਖੇ ਜਾਂਦੇ ਨੇ ਸੀਜ਼ਨ ਕਿਹੜਾ ਸਮਰ ਵਿੰਟਰ ਉਹਨਾਂ ਦਾ ਲੈਟਰ ਵੱਡਾ ਨਹੀਂ ਪਾਉਣਾ ਬੇਟਾ ਠੀਕ ਹੈ ਓਕੇ ਲਾਈਕ ਕ੍ਰਿਕਟ بیسਬਾਲ ਇਜ਼ ਪਲੇਡ ਇਨ ਸਮਰ ਹੁਣ ਇਹਦੇ ਵਿੱਚ ਸਮਰ ਦੀ ਐਸ ਉਹਨਾਂ ਨੇ ਵੱਡੀ ਨਹੀਂ ਕੀਤੀ ਦੇਖੋ ਧਿਆਨ ਨਾਲ ਹੁਣ 6ਵਾਂ ਆ ਗਿਆ ਜੀ ਰੂਲ ਕੀ ਆ ਮੇਨ ਵਰਡਸ ਇਨ ਟਾਈਟਲ ਜਦੋਂ ਕੋਈ ਟਾਈਟਲ ਲਿਖਿਆ ਹੁੰਦਾ ਉਹਦੇ ਜਿਹੜਾ ਮੇਨ ਗੱਲ ਆ ਟਾਈਟਲ ਦੇ ਵਿੱਚ ਉਹਦੇ ਵੀ ਲੈਟਰ ਨੇ ਫਸਟ ਫਸਟ ਵੱਡੇ ਪਾਉਣੇ ਆ the name of my doctor is doctor agarwal doctor di g vaddi agarwal di a vaddi second ch ki hai my favorite book is five run away together ha na hun itthe five run away together book da naam hai so five di bhi f vaddi run di bhi r vaddi away di bhi a vaddi t vaddi together di kise bhi qatar da naam karo inna lamma ta har ik letter da रिकवर्ड ਦਾ ਪਹਿਲਾ ਲੈਟਰ ਹੈ ਜਿਹੜਾ ਕੈਪੀਟਲ ਪਾਵਾਂਗੇ ਤੇ ਰਾਈਟਰ ਦਾ ਨਾਮ ਲਿਖਣਾ ਚਾਹੀਏ ਕੋਈ ਵੀ ਹੋਵੇ ਉਹਦਾ ਵੀ ਉਹ ਤਾਂ ਬੰਦੇ ਦਾ ਨਾਮ ਆਈ ਗਿਆ ਆਪਾਂ ਪੜ੍ਹ ਕੇ ਗਏ ਪਿੱਛੇ ਸੋ ਤਾਂ ਕੈਪੀਟਲ ਲਿਖਣਾ ਹੀ ਲਿਖਣਾ ਹੈ ਹੁਣ ਆ ਜੀ ਆਪਾਂ ਐਕਟੀਵਿਟੀ ਤੇ ਵੜਾ ਲੋ ਜੀ ਹੁਣ ਮੈਨੂੰ ਆਸ ਹੈ ਕਿ ਤੁਸੀਂ ਕਮੈਂਟ ਚ ਕਰ ਦੇਣੀ ਆ ਯਾਰ ਐਕਟੀਵਿਟੀ ਜਿਹਾ ਸਮਝ ਲਾ ਕੇ ਆ ਫਿਰ ਕੀ ਔਖਾ ਹੈ ਨਾ ਚਲੋ ਦੇਖੋ ਪਹਿਲਾ ਹੁਣ ਸ਼ੀ ਇਜ਼ ਅ ਗੁੱਡ ਸਿੰਗਰ ਕੀ ਕਰਾਂਗੇ ਇਹਦੇ ਚ ਚੇਂਜ ਵੈਰੀ ਗੁੱਡ ਹਾਂਜੀ ਪਹਿਲਾ ਲੈਟਰ ਇੰਨੇ ਨੇ ਕੀ ਕਰਿਆ ਹੋਇਆ ਛੋਟਾ ਪਾਇਆ ਹੋਇਆ ਇੱਥੇ ਅਸੀਂ ਐਸ ਕੀ ਕਰਨੀ ਸੀ ਵੱਡੀ ਪਾਉਣੀ ਸੀ ਸੀ ਦੀ ਹੋ ਗਿਆ ਲੈ ਹੋਰ ਕੁਝ ਕਰਨਾ ਹੀ ਨਹੀਂ ਇੱਥੇ ਵੀ ਇਹੀ ਗਲਤੀ ਆ ਆਰ ਦੀ ਏ ਕਰਦੇ ਹੋ ਵੱਡੀ ਬਾਕੀ ਠੀਕ ਆ ਡਜ ਦੀ ਡੀ ਵੱਡੀ ਸੌਰਵ ਬੰਦੇ ਦਾ ਨਾਮ ਆ ਗਿਆ ਲੋ ਜੀ ਐਸ ਵੱਡੀ ਪਹਿਲਾ ਅੱਖਰ ਆਉਂ ਵੀ ਵੱਡਾ ਹੀ ਹੋਣਾ ਸੀ ਹੁਣ ਤੀਜੇ ਚ ਫ੍ਰਿਤਮਾ ਕਿਸੇ ਲੜਕੀ ਦਾ ਨਾਮ ਆ ਸੋ ਪੀ ਕੀ ਕਰਨੀ ਆ ਵੱਡੀ ਬਾਕੀ ਉਦਾਂ ਹੀ ਲਿਖ ਦੇਣਾ ਮੁੰਬਈ ਜਗਾ ਦਾ ਨਾਮ ਇਹਦੀ ਵੀ ਕਰੋ ਐਮ ਕੈਪੀਟਲ ਹੁਣ ਜਦੋਂ ਤੁਸੀਂ ਇਹਨੂੰ ਰੀਰਾਈਟ ਕਰਨਾ ਬੇਟਾ ਮਤਲਬ ਪਹਿਲਾਂ ਤੁਸੀਂ ਇਹ ਇਦਾਂ ਲਿਖ ਲਿਆ ਸ਼ੀ ਇਜ਼ ਅ ਗੁੱਡ ਸਿੰਗਰ ਜਦੋਂ ਤੁਸੀਂ ਅਨਸਰ ਲਿਖੋਗੇ ਥੱਲੇ ਸ਼ੀ ਦੀ ਐਸ ਵੱਡੀ ਕਰਕੇ ਬਾਕੀ ਸਾਰਾ ਉਦਾਂ ਹੀ ਲਿਖ ਦੇਣਾ ਆਰ ਦੀ ਇਹ ਵੱਡੀ ਕਰਕੇ ਬਾਕੀ ਸਾਰਾ ਉਦਾਂ ਹੀ ਲਿਖ ਦੇਣਾ ਹੁਣ 3rd ਦਾ ਡੱਜ ਦੀ ਡੀ ਵੱਡੀ ਕਰ ਦੋ ਪ੍ਰੀਤਮਾ ਦੀ ਪੀ ਵੱਡੀ ਕਰ ਦੇਣੀ ਹੈ ਮੁੰਬਈ ਦੀ ਐਮ ਵੱਡੀ ਕਰ ਦੇਣੀ ਹੈ ਇੱਥੇ ਤਿੰਨ ਅੱਖਰ ਵੱਡੇ ਹੋਣਗੇ 4th ਚ ਸੌਰਬ ਦੀ ਐਸ ਵੱਡੀ ਕਰ ਦੋ ਦਿੱਲੀ ਦੀ ਡੀ ਵੱਡੀ ਕਰ ਦੋ आई ਵੱਡੀ ਕਰ ਦੋ ਕਿਉਂਕਿ ਜਿੱਥੇ ਵੀ ਆਈ ਆਉਣੀ ਆ ਉਹਨਾਂ ਨੇ ਕਿਹਾ ਕੈਪੀਟਲ ਆਉਣੀ ਆ ਠੀਕ ਹੈ ਸੋ ਚੰਡੀਗੜ੍ਹ ਦੀ ਸੀ ਵੱਡੀ ਕਰ ਦੋ ਇਹਦੇ ਚ 1 2 3 4 ਲੈਟਰ ਵੱਡੇ ਕਰ ਦੋ ਬਾਕੀ ਕੁਝ ਕਰਨੇ ਹੀ ਨਹੀਂ ਹੋ ਰਹੇ ਸਾਰੇ ਲੈਟਰ ਹੀ ਵੱਡੇ ਕਰਨੇ ਆ ਸਾਰਿਆਂ ਚ ਲਓ ਜੀ ਹੁਣ ਪੰਜਵੇਂ ਜੀ ਦੇਖੋ ਤੁਸੀਂ ਕਿਹੜੇ ਕਿਹੜੇ ਲੈਟਰ ਵੱਡੇ ਕਰਨੇ ਆ ਭਾਈ ਆਈ ਵੱਡੀ ਕਰ ਦੋ ਹੂੰ ਉਸ ਤੋਂ ਬਾਅਦ ਪ੍ਰੇਮਚੰਦ ਨਾਮ ਆਇਆ ਕਿਸੇ ਦਾ ਪੀ ਵੱਡੀ ਕਰ ਦੋ ਬਸ ਹੋ ਗਿਆ ਕੰਪਲੀਟ ਨੈਕਸਟ ਡੂ ਯੂ ਹੈਵ ਅ ਸੈਮਸੰਗ ਫੋਨ ਡੂ ਦੀ ਡ ਵੱਡੀ ਕਰੋ ਸੈਮਸੰਗ ਦੀ ਐਸ ਵੱਡੀ ਕਰੋ ਲਓ ਜੀ ਹੋ ਗਿਆ ਇਹ ਵੀ ਸੌਲਡਾ ਕਿੰਨਾ ਇਜ਼ੀ ਹੈ ਨਾ ਵਾਈ ਦੀ ਡਬਲਯੂ ਵੱਡੀ ਕਰੋ ਫਰਵਰੀ ਦੀ ਹੈ ਫੋ ਵੱਡੀ ਕਰੋ ਫਰਵਰੀ ਮਹੀਨਿਆਂ ਦਾ ਨਵ ਆ ਗਿਆ ਬਸ ਬਾਕੀ ਕੁਝ ਨਹੀਂ ਚੇਂਜ ਕਰਨਾ ਸੀ ਹੋ ਗਿਆ ਲਓ ਅਲਬਰਟ ਆਇਨਸਟਾਈਨ ਬੰਦੇ ਦਾ ਨਾਮ ਆ ਏ ਵੱਡੀ ਕਰੋ ਈ ਵੱਡੀ ਕਰੋ ਠੀਕ ਹੋਰ ਕੁਝ ਨਹੀਂ ਕਰਨਾ ਸੀ ਜਗਦੀਸ਼ ਚੰਦਰ ਬੋਸ ਇਹ ਵੀ ਕਿਸੇ ਵਿਅਕਤੀ ਦਾ ਨਾਮ ਆ ਜੇ ਵੱਡੀ ਕਰੋ ਸੀ ਵੱਡੀ ਕਰੋ ਬੀ ਵੱਡੀ ਕਰੋ ਫਿਰ ਇੰਡੀਅਨ ਇੰਡੀਅਨ ਸਾਇੰਟਿਸਟ ਦੀ ਸੋ ਫਿਰ ਆਈ ਵੱਡੀ ਕਰ ਦੋ ਇੰਡੀਅਨ ਦੀ ਨੈਸ਼ਨੈਲਿਟੀ ਦੀ ਗੱਲ ਹੋ ਰਹੀ ਆ ਸੋ 10th ਚ ਚੱਲੋ ਜੀ ਆਈ ਵੱਡੀ ਕਰੋ ਸੋਨੀ ਟੈਲੀਵਿਜ਼ਨ ਸੋਨੀ ਕੰਪਨੀ ਦਾ ਨਾਮ ਆ ਐਸ ਵੱਡੀ ਕਰ ਦੋ ਬਈ ਡੈਲੀ ਦੀ ਡੀ ਕਰ ਦੋ ਕੈਪੀਟਲ ਲਓ ਜੀ ਹੋ ਗਈ ਤੁਹਾਡੀ ਐਕਟੀਵਿਟੀ ਸਾਲਾ ਪੰਜਵੀਂ ਐਕਟੀਵਿਟੀ ਦਾ ਫਟੇ ਚੱਕ ਤੇ ਆਪਾਂ ਮੰਨ ਤੋ ਚੇ ਤਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੈ ਨਾ ਚਲੋ ਹੁਣ ਐਕਟੀਵਿਟੀ ਨੰਬਰ 6 ਕਰਦੇ ਆਪਾਂ ਚਲੋ ਇਹਦੇ ਵਿੱਚ ਕੀ ਕਹਿੰਦੇ ਨੇ ਦੇਖੋ ਕਹਿੰਦਾ ਲੁੱਕ ਐਟ ਦਾ ਫਾਲੋਇੰਗ ਸੈਂਟੈਂਸਸ ਕੇਅਰਫੁਲੀ ਐਂਡ ਡੂ ਐਸ ਡਾਇਰੈਕਟਡ ਹੀਠਾਂ ਦਿੱਤੇ ਗਏ ਸੈਂਟੈਂਸਾਂ ਨੂੰ ਧਿਆਨ ਨਾਲ ਕੀ ਕਰਨ ਦੇਖਣਾ ਫਿਰ ਜਿਵੇਂ ਕਰਨ ਨੂੰ ਕਿਹਾ ਜਾਂਦਾ ਉਵੇਂ ਕਰ ਦੇਣਾ ਡੂ ਐਸ ਡਾਇਰੈਕਟਡ ਦਾ ਮਤਲਬ ਹੀ ਹੁੰਦਾ ਲੈ ਪੜ ਲਈ ਆਪਾਂ फटाफट ਸ਼ਬਦ ਇਹ ਕੀ ਨੇ ਜਰਾ ਸੈਂਟੈਂਸ ਰਾਮ ਪਲੇਸ ਲਾਈਕ ਧੋਨੀ Ram runs like a horse. Ram eats like a sparrow. Ram bats like Tandulka. Ram looks like fa his father. ਕੀ ਗੱਲ ਹੋ ਰਹੀ ਹੈ ਇਹਦੇ ਵਿੱਚ ਕੀ ਦੇਖਿਆ ਸੀ ਸਾਰਿਆਂ ਚ ਰਾਮ ਵੀ ਆਉਂਦਾਗਾ ਹਨਾ ਲਾਈਕ ਲਾਈਕ ਵੀ ਆਉਂਦਾ ਵੀ ਰਾਮ ਧੋਨੀ ਵਰਗ ਮੰਗੂ ਖੇਡਦਾ ਰਾਮ ਘੋੜੇ ਮੰਗੂ ਭੱਜਦਾ ਰਾਮ ਕਿਹਦੇ ਮੰਗੂ ਖਾਂਦਾ ਚਿੜੀ ਮੰਗੂ ਖਾਂਦਾ ਰਾਮ ਬੈਟਿੰਗ ਕਿਹਦੇ ਮੰਗੂ ਕਰਦਾ ਤੰਦੂਲਕਰ ਮੰਗੂ ਕਰਦਾ ਰਾਮ ਕਿਹਦੇ ਵਰਗਾ ਦਿਖਦਾ ਆਪਣੇ ਫਾਦਰ ਵਰਗਾ ਕੀ ਹੋ ਰਿਹਾ ਹੁਣ ਇੱਥੇ ਕੰਪੈਰੀਜ਼ਨ ਹੋ ਰਿਹਾ ਹੂੰ ਸੋ ਵਾਟ ਇਜ਼ ਕਾਮਨ ਇਨ ਥੀਸ ਸੈਂਟੈਂਸ ਜੋ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਰਾਮ ਇੱਕ ਲਾਈਕ ਇਹੀ ਬਾਰ ਬਾਰ ਆਉਂਦਾ ਹਨਾ ਸੋ ਇਹ ਕੀ ਆ ਇਹ ਕਹਿੰਦੇ ਰਾਮ ਇਜ਼ ਲਾਈਕ ਧੋਨੀ ਹਾਰਸ ਸਪੈਰੋ ਟੰਡੂਲਕਰ ਹਿਸ ਫਾਦਰ ਦ ਕੁਆਲਿਟੀਆਂ ਆਫ ਥੀਸ ਪੀਪਲਸ ਆਰ ਦੇਅਰ ਇਨ ਰਾਮ ਮੀਨਸ ਧੋਨੀ ਦੀ ਹਾਰਸ ਦੀ ਸਪੈਰੋ ਦੀ ਟੰਡੂਲਕਰ ਦੀ ਉਹਦੇ ਫਾਦਰ ਦੀ ਜਿਹੜੀ ਕੁਆਲਿਟੀਆਂ ਸੀ ਉਹ ਕਿਦੇ ਵਿੱਚ ਨਹੀਂ ਰਾਮ ਵਿੱਚ ਨਹੀਂ ਇਸ ਲਈ ਲਾਈਕ ਲਿਖਿਆ ਲਾਈਕ ਇਸ ਯੂਜ਼ ਟੂ ਕੰਪੇਅਰ ਟੂ ਡਿਫਰੈਂਟ ਪੀਪਲਸ অর ਥਿੰਗਸ ਲਾਈਕ ਅਸੀਂ ਕਿੱਥੇ ਯੂਜ਼ ਕਰਦੇ ਆ ਦੋ ਅਲੱਗ-ਅਲੱਗ ਵਿਅਕਤੀਆਂ ਨੂੰ ਦੋ ਅਲੱਗ-ਅਲੱਗ ਚੀਜ਼ਾਂ ਨੂੰ ਕੰਪੇਅਰ ਕਰਨ ਵੇਲੇ ਹੈਨਾ ਉਥੇ ਅਸੀਂ ਲਾਈਕ ਵਰਡ ਵਰਤਦੇ ਜਿਹੜਾ ਉਹਨਾਂ ਦੇ ਵਿੱਚ ਸਾਂਝਾ ਗੁਣ ਉਹਦੇ ਲਈ ਠੀਕ ਹੈ ਵੀ ਦੋ ਵਿਅਕਤੀ ਨੇ ਬਿਲਕੁਲ ਡਿਫਰੈਂਟ ਨੇ ਪਰ ਉਹਨਾਂ ਵਿੱਚ ਇੱਕ ਚੀਜ਼ ਸਾਂਝੀ ਆ ਇਹ ਮਗਰਾਂ ਦੇ ਦੋ ਬੱਚੇ ਨੇ ਆਮਨਦੀਪ ਆ ਆ ਪਵਨਪਰੀਤ ਹਨ ਇਹਨਾਂ ਦੋਨਾਂ ਤੇ ਸਮਝਾ ਗਿਆ ਦੋਨੇ ਇੰਟੈਲੀਜੈਂਟ ਨੇ ਹਨ ਐਵੇਂ ਸੋ ਉੱਥੇ ਅਸੀਂ ਲਾਈਕ ਯੂਜ਼ ਕਰਦੇ ਆ ਇਨ ਥਿਸ ਪੋਇਮ ਆਲਸੋ ਲਾਈਕ ਇਸ ਯੂਜ਼ਡ ਇਨ ਸਿਮਿਲਰ ਵੇ ਇਸ ਪੋਇਮ ਦੇ ਵਿੱਚ ਵੀ ਲਾਈਕ ਆ ਇਸੇ ਢੰਗ ਨਾਲ ਵਰਤੇ ਆ ਗਿਆ ਐਗਜ਼ਾਮਪਲ ਦਿੱਤੀ ਹੋਈ ਹੈ ਸਾਨੂੰ ਪੋਇਮ ਦੇ ਵਿੱਚੋਂ ਲਾਈਕ ਦਾ ਟਰੈਪਸ ਆਫ ਹੂਪਸ ਕੋੜੇ ਦੇ ਖੁਰਾਂ ਬਾਗ ਅਰ ਰੇਨ ਸਾਊਂਡਸ ਲਾਈਕਰ ਜਿਹੜਾ ਮੀਂਹ ਉਹ ਵੀ ਉਦਾਂ ਆਵਾਜ਼ ਕਰਦਾ ਜਿਵੇਂ ਘੋੜੇ ਦੇ ਖੁਰਜਾ ਖੜਖੜਾ ਕਰਦੇ ਆ ਲਾਈਕ ਆ ਰਿਵਰ ਡਾਊਨ ਦ ਗਟਰ ਰੋਸ ਜਿੱਦਾਂ ਨਦੀ ਵਹਿੰਦੀ ਹੋਈ ਹਨਾ ਸ਼ੋਰ ਮਚਾਉਂਦੀ ਆ ਉਵੇਂ ਜਦੋਂ ਪਾਣੀ ਆ ਗਟਰ ਦੇ ਵਿੱਚੋਂ ਜਾਂਦਾ ਉਹ ਵੀ ਉਵੇਂ ਹੀ ਰੋਰ ਕਰਦਾ ਗਰਜਦਾ ਹੈਨਾ ਸੋ ਇਹ ਪੋਇਮ ਦੇ ਵਿੱਚੋਂ ਸੀ ਹੁਣ ਐਕਟੀਵਿਟੀ ਕੀ ਆ ਬੇਟਾ ਰੀਡ ਦ ਸੈਂਟੈਂਸਸ 기ਵਨ ਬਿਲੋ ਐਂਡ ਅੰਡਰਲਾਈਨ the two things that have the same quality in and also in circle the quality kende do jehdiyan chizaan di ehde vich tulna kiti gayi hai beta unna nu underline karna underline menu unna thalle line loni hai jehdi saanjhi <laughs> quality hai dono nan de vich ode te ki launa tusi gola aajo fir hun la dinde apan rustam was strong like a lion pehla such example dekh liye bas dasun dindiya usha runs like a horse ਊਸ਼ਾ ਤੇ ਹੌਰਸ ਦੀ ਤੁਲਨਾ ਕੀਤੀ ਗਈ ਆ ਉਹ ਕਿੱਧਰ ਵੱਜ ਗਿਆ ਹੂੰ ਊਸ਼ਾ ਤੇ ਊਸ਼ਾ ਤੇ ਹੌਰਸ ਦੀ ਤੁਲਨਾ ਕੀਤੀ ਗਈਏ ਦੋਨੋਂ ਕੀ ਕਰਦੇ ਨੇ ਰਨ ਕਰਦੇ ਨੇ ਵਧੀਆ ਆ ਲੋ ਜੀ ਗਰਲ ਤੇ ਨਾਈਟ ਐਂਜਲ ਦੀ ਗੱਲ ਕੀਤੀ ਗਈਏ ਦੋਨੇ ਕੀ ਕਰਦੇ ਆ ਸਿੰਗ ਕਰਦੇ ਆ ਸਿੰਗ ਤੇ ਵਾਰ ਤਾਂ ਗੋਲਾ ਲਾਓ ਜੀ ਹੁਣ ਆਪਾਂ ਇੰਨਾ ਚ ਮਿੰਟ ਚ ਲੱਭ ਦਿਆਣੇ ਨੇ ਇਹ ਰਸਤਮ ਦੀ ਗੱਲ ਹੋਈ ਆ ਰਸਤਮ ਬਾ ਸਟਰੋਂਗ ਲਾਈਕ ਆ ਲਵੈਨ ਰਸਤਮ ਤੇ ਕੀ ਦੀ ਗੱਲ ਹੋ ਰਹੀ ਆ ਰਸਤਮ ਤੇ ਲਾਈਨ ਦੀ ਦੋਨਾਂ ਦੇ ਥੱਲੇ ਲਾਓ ਲਾਈਨ ਦੋਨੇ ਕੀ ਨੇ ਸਟਰੋਂਗ ਨੇ ਆਹ ਲਓ ਜੀ ਸਟਰੋਂਗ ਤੇ ਗੋਲਾ ਲਾਤਾ ਉਨਾਜੋ ਦੀ ਅੱਗੇ ਸੁੰਦਰ ਬਾਜ਼ ਗਰੀਡੀ ਲਾਈਕ ਅ ਪਿਗ ਕਿਹਦੀ ਗੱਲ ਹੋ ਰਹੀ ਹੈ ਸੁੰਦਰ ਦੀ ਤੇ ਪਿਗ ਦੀ ਦੋਨੇ ਕੀ ਨੇ ਦੋਨੇ ਹੀ ਗਰੀਡੀ ਨੇ ਲਾਲਚੀ ਬੁਰੇ ਹੈਨਾ ਲਾ ਸੋ ਗਰੀਡੀ ਤੇ ਲਾ ਦੋ ਘੋਲਾ 3 ਮੀਨਾ ਏਟ ਲਾਈਕ ਅ ਸਪੈਰੋ ਮੀਨਾ ਦੀ ਗੱਲ ਹੋ ਰਹੀ ਹੈ ਤੇ ਸਪੈਰੋ ਦੀ ਦੋਨੇ ਕੀ ਕਰਦੀਆਂ ਨੇ ਹੈਨਾ ਕੀ ਕਰਦੀਆਂ ਨੇ ਇੱਕੋ ਜਿਹਾ ਖਾਂਦੀਆਂ ਨੇ ਥੋੜਾ ਥੋੜਾ ਚਿੜੀ ਦਾ ਕਹਿੰਦੇ ਕਹਿੰਦੇ ਚਿੜੀ ਦਾ ਦਾਣੇ ਜਿੰਨਾ ਢੰਧਰ ਛੋਤੀ ਜਿਹੀ ਤੇ ਦੀ ਹੁੰਦੀ ਆ ਹੁਣ ਆ ਗਿਆ ਚੌਥਾ ਦਾ ਬਲੱਡ ਖੀਮ ਆਊਟ ਆਫ ਦਾ ਬਾਉਂਡ ਲਾਈਕ ਬਾਟਰ ਹੁਣ ਇੱਥੇ ਕਾਦੀ ਕਦੀ ਤੁਲਨਾ ਹੋ ਰਹੀ ਹੈ ਬਲੱਡ ਦੀ ਤੇ ਵਾਟਰ ਦੀ ਦੋਨੇ ਕੀ ਕਰ ਰਹੇ ਨੇ ਖੀਮ ਆਊਟ ਬਾਹਰ ਨੂੰ ਆਉਂਦੇ ਨੇ ਜ਼ਖਮ ਚੋਂ ਜਿਵੇਂ ਪਾਣੀ ਆਉਂਦਾ ਉਵੇਂ ਕਹਿੰਦੇ ਜ਼ਖਮ ਚੋਂ ਖੂਨ ਆਉਂਦਾ ਸੋ ਖੀਮ ਆਊਟ ਤੇ ਮਾਰੋ ਗੋਲਾ ਪੰਜਵਾਂ ਨਿਸ਼ਾ ਖੰਭਾ ਕਲਾਈਮਡ ਦਾ ਟਰੀ ਲਾਈਕ ਮੰਕੀ ਹੁਣ ਕੀ ਦੀ ਗੱਲ ਹੋ ਰਹੀ ਹੈ ਨਿਸ਼ਾ ਦੀ ਤੇ ਮੰਕੀ ਦੀ ਦੋਨੇ ਕੀ ਕਰਦੇ ਆ ਦੋਨੇ ਕਲਾਈਮ ਕਰਦੇ ਆ ਟਰੀ ਤੇ ਮੰਕੀ ਮੰਗੂ ਚੜ ਜਾਂਦੀ ਹੈ ਨਿਸ਼ਾ ਹੈਨਾ ਸੋ ਇਹ ਸੀ ਤੁਹਾਡੀ ਐਕਟੀਵਿਟੀ ਨੰਬਰ 6 5 ਐਂਡ 6 ਜੋ ਕਿ ਹੁਣ ਮੇਰੇ ਖਿਆਲ 'ਚ ਤੁਹਾਡੀ ਜਿਹੜੀ ਇਹ ਹੈਗੀ ਆ ਪੋਇਮ ਇਹ ਹੋ ਗਈ ਆ ਕੰਪਲੀਟ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਲੈਸਨ ਦੀ ਐਕਟੀਵਿਟੀਆਂ ਨਾਲ ਮਿਲਾਂਗੇ ਇਹਨਾਂ ਸਾਰੀਆਂ ਐਕਟੀਵਿਟੀਆਂ ਨੂੰ ਕਰੋ ਨੋਟ ਡਾਊਨ ਤੇ ਕਰੋ ਲਰਨ ਬੇਟਾ ਸੋ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ 'ਚ